ਇਹ ਉਹਦਾ ਆਪਾਂ ਵਰਤਦੇ ਘਰੇ ਕਿੰਨਾ ਟਾਈਮ ਨੰਬਰ ਕੱਤੀ ਸੀ ਨਵੀਂ ਸਵੇਰ ਨਵਾਂ ਵਲੌਗ ਵੈਲਕਮ ਬੈਕ ਟੂ ਡੂਬਰੋ ਚੈਨਲ ਔਰ ਆਪਾਂ ਨਵਾਂ ਵਲੌਗ ਸਟਾਰਟ ਕਰਦੇ ਹਾਂ ਅੱਜ ਸਾਰੀ ਟਰਾਈ ਦਾ ਹੈ ਪੂਰਾ ਮਤਲਬ ਅਸੀਂ ਡੇਲੀ ਇੱਕ ਵਲੌਗ ਅਪਲੋਡ ਕਰੀਏ ਔਰ ਉਵੇਂ ਵੈਸੇ ਸਿਸਟਮ ਚੱਲ ਵੀ ਰਿਹਾ ਹੁਣ ਡੇਲੀ ਇੱਕ ਵਲੌਗ ਅਪਲੋਡ ਹੋ ਵੀ ਗਿਆ ਰਾਤ ਦਾ ਸਿਸਟਮ ਤੁਸੀਂ ਦੇਖ ਲਿਆ ਸੀਗਾ ਅਸੀਂ ਸ਼ੋਪਿੰਗ ਲਈ ਨਿਕਲੇ ਸੀ ਸਾਰਾ ਕੁਛ ਪੂਰਾ ਦਿਨ ਅੰਦਰ ਬਾਹਰ ਅੰਦਰ ਬਾਹਰ ਹੁਣ ਵੀ ਸੇਮ ਹੁਣ ਚੱਲਿਆ ਅਸੀਂ ਆਪੂ ਦੀ ਹੇਅਰ ਕਟਿੰਗ ਕਰਾਉਣ ਜਿਹੜਾ ਅਸੀਂ ਕੱਲ੍ਹ ਗਰੋਸਰੀ ਸਮਾਨ ਲੈਣਾ ਸੀਗਾ ਉਹ ਲੈ ਨਹੀਂ ਪਾਏ ਰਾਤ ਨੂੰ ਰਾਤ ਜ਼ਿਆਦਾ ਹੋ ਗਈ ਸੀ ਲੇਟ ਹੋ ਗਏ ਸੀ 11 ਵੱਜ ਗਏ ਸੀਗੇ ਹੁਣ ਅਸੀਂ ਜਾਂਦੇ ਹਾਂ ਪਹਿਲਾਂ ਕਟਿੰਗ ਕਰਾਵਾਂਗੇ ਆਪ ਫਿਰ ਜਾਵਾਂਗੇ ਗਰੋਸਰੀ ਫਿਰ ਉਸ ਤੋਂ ਬਾਅਦ ਇੱਕ ਪਰਫਿਊਮ ਲੈਣਾ ਕੁਛ ਗੱਲਬਾਤ ਹੈ ਨਾ ਦੋ ਤਿੰਨ ਕੰਮ ਆ ਉਹ ਇਕੱਠੇ ਕੰਮ ਕਰਕੇ ਅਸੀਂ ਘਰੇ ਵੜਾਂਗੇ ਕਿਉਂ ਉਸ ਦਿਨ ਠੀਕ ਠੀਕ ਆ ਗੱਲ ਕਿਆ ਸੀ ਮਸਟੈਂਗ ਦੇ ਵਿੱਚ ਅੱਜ ਆਪਾਂ ਜਾਵਾਂਗੇ ਅਵਧੇ 'ਚ ਠੀਕ ਆ ਅਤੇ ਦੇਖਦੇ ਹਾਂ ਮਾਹੌਲ ਕੀ ਬਣਦਾ ਗੱਡੀ ਹੋ ਰਹੀ ਹੈ ਗਰਮ ਏਦਾਂ ਹੀ ਮਾਹੌਲ ਬਣਨਾ ਹੁਣ ਗੱਡੀਆਂ ਦੋਨੇ ਸਡਾਨ ਆ ਫਰਕ ਕੋਈ ਨਹੀਂ ਹੈਗਾ ਲੇਕਿਨ ਉਹ ਥੋੜੀ ਜ਼ਿਆਦਾ ਥੋੜੀ ਜਿਹੀ ਕੰਜਸਟਡ ਆ ਇਹ ਥੋੜੀ ਖੁੱਲੀ ਡੁੱਲੀ ਆ ਇਹ 'ਚ ਵਧੀਆ ਪੰਜ ਜਾਣੇ ਮੈਂ ਟਿਪ ਟੋਪ ਆ ਜਾਂਦੇ ਨੇ ਤੇ ਬਟ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਆਪਾਂ ਚੇਂਜ ਕਰ ਦੇਣੀ ਆ ਇਹ ਤਾਂ SUV ਹੋ ਜਾਵਾਂਗੇ ਕਿਉਂ ਅਸਲੀ ਮੈਂ ਇਨਸ਼ਾਅੱਲਾ ਆਪਾਂ ਲੈ ਲਾਂਗੇ ਸਡਾਨ 'ਚ ਥੱਕ ਗਏ ਆ ਥੋੜ੍ਹਾ AC ਗੜਬੜੀ ਕਰ ਰਿਹਾ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਤਾਂ ਕਰਕੇ ਹੈ ਕਿ ਨਹੀਂ ਦੋਸਤੋ ਤੇ ਹੁਣ ਤੁਹਾਨੂੰ ਮਿਲਦੇ ਹਾਂ ਅਸੀਂ ਬਾਹਰੋਂ ਬਾਹਰ ਗੱਡੀ 'ਚ ਆਪਣਾ ਵਲੌਗ ਸਟਾਰਟ ਹੁੰਦਾ ਹੁੰਦਾ ਮੋਸਟਲੀ ਗੱਡੀ 'ਤੇ ਐਂਡ ਹੁੰਦਾ ਹੁੰਦਾ ਅਤੇ ਬਾਹਰਲਾ ਮਾਹੌਲ ਤੁਹਾਨੂੰ ਦਿਖਾਵਾਂਗੇ ਬੱਚੇ ਆ ਰਹੇ ਨੇ ਉਹਨਾਂ ਦਾ ਜਦੋਂ ਆਪਾਂ ਬਾਹਰ ਨਿਕਲਾਂਗੇ ਉਸ ਨਾਲ ਗੱਲਬਾਤ ਕੋਈ ਮਾਹੌਲ ਮੁੱਲਾਪੁਰ ਦਾ ਕੋਈ ਪੰਜਾਬ ਦਾ ਕੋਈ ਇੰਡੀਆ ਦਾ ਇਹ ਜਾ ਰਿਹਾ ਇੰਡੀਆ ਪਹੁੰਚੂਗਾ ਫਿਰ ਆਪਾਂ ਉੱਥੋਂ ਇਹ ਵਲੌਗ ਬਣਾ ਕੇ ਆਪਾਂ ਨੂੰ ਅਪਲੋਡ ਕਰਕੇ ਆਪਾਂ ਇੰਡੀਆ ਦਾ ਮਾਹੌਲ ਇੱਥੇ ਬੈਠੇ ਦੇਖ ਲਾਂਗੇ ਠੀਕ ਆ ਜੀ ਓਕੇ ਬਸ ਮੁੰਡੇ ਦੇ ਸਾਲੇ ਦਾ ਵਿਆਹ ਵਾ ਕੁਛ ਖਬਰ ਜੀ ਇੱਧਰ ਦੀ ਇੱਧਰ ਦੀ ਬੰਦ ਕਰਤਾ ਇੱਧਰ ਦੀ ਕਰਤਾ ਹਾਂ ਰੋਡ ਬਣ ਜਾਣਾ ਹੁਣ ਲਓ ਵੀ ਮਿੱਤਰੋ ਖੁਸ਼ਖਬਰੀ ਇਹ ਹੋਈ ਆ ਕਿ ਆਪਣਾ ਪੁਰਾਣਾ ਰਾਹ ਓਪਨ ਹੋ ਗਿਆ ਇਹ ਵੀ ਟੈਂਪਰੇਰੀ ਆ ਜਿੱਥੇ ਇਹ ਬਣਾ ਨਹੀਂ ਰਹੇ ਹੁਣ ਬਣ ਜੂਗਾ ਬਾਹਰ ਨਿਕਲਦੇ ਸਾਰੀਆਂ ਲੱਗਦਾ ਜਿਵੇਂ ਕਿਹੜੇ ਟਿੱਬਿਆਂ 'ਚ ਅਸੀਂ ਆ ਗਏ ਹੈ ਕਿ ਨਹੀਂ ਸਲੀਮ ਅੱਜ ਪਹਿਲਾਂ ਹਵਾ ਭਰਾਉਣੇ ਟਾਇਰਾਂ 'ਚ ਮਾਹੌਲ ਤੁਹਾਨੂੰ ਦਿਖਾਤਾ ਬਾਹਰ ਨਿਕਲਦੇ ਸਾਰੇ ਟਿੱਬੇ ਛਿੱਬੇ ਰੋੜੇ ਕੱਚਾ ਰੋਡ ਐਨ ਜਿਵੇਂ ਮੈਂ ਅਨਡਿਵਲਪਡ ਏਰੀਆ ਹੁੰਦਾ ਹਨਾ ਕਦੇ ਡਿਵਲਪਮੈਂਟ ਨਹੀਂ ਹੋਈ ਹੁੰਦੀ ਅਤੇ ਹੁਣ ਅਸੀਂ ਗੱਡੀਆਂ ਦੇ ਗੱਡੀਆਂ ਹਲਾਈ ਪਈ ਆ ਨਾ ਵੀ ਆਹ ਪਾਰਕਿੰਗ ਜੀ ਇਹਨਾਂ ਨੇ ਤਾਂ ਕਰਕੇ ਰਸ਼ ਪਿਆ ਗੱਡੀਆਂ ਦਾ ਅਤੇ ਹੁਣ ਆਪਾਂ ਚੱਲੇ ਹਾਂ ਰੱਬ ਕਰੇ ਤੁਹਾਡਾ ਭਰਾ ਪਹਿਲਾਂ ਗੱਡੀ 'ਚ ਹਵਾ ਭਰਾ ਲਈਏ ਟਾਇਰਾਂ 'ਚ ਬਹੁਤ ਟਾਇਰ ਤੋਂ ਲੱਚ ਗੜਚੀਆਂ ਕਰਦੇ ਕਰਦੇ ਅਸੀਂ ਭਰਾ ਨਹੀਂ ਨੇ ਹਵਾ ਇੱਕ ਟਾਇਰ 'ਚ ਹਵਾ ਘੱਟ ਮਿਲੂਗੀ ਪੱਕਾ ਅਤੇ ਪਹਿਲਾਂ ਟਾਇਰਾਂ 'ਚ ਹਵਾ ਫਿਰ ਆਪਾਂ ਜਾਵਾਂਗੇ ਦੂਜੇ ਕੰਮ ਨੂੰ ਠੀਕ ਆ ਕਰ ਦਈਏ ਫਿਰ ਸਟਾਰਟ ਕੰਮ ਚਲੋ ਕੰਮ ਸਟਾਰਟ ਕਰੀਏ ਚੈੱਕ ਕਰਾ ਲਈਏ ਆਪਾਂ ਆ ਗਏ ਪੈਟਰੋਲ ਸਟੇਸ਼ਨ ਤੇ ਟਾਇਰਾਂ 'ਚ ਹਵਾ ਰੱਖਣੀ ਆਪਾਂ 32 32 32 ਦੇ ਹਿਸਾਬ ਨਾਲ ਆਪਾਂ ਚੈੱਕ ਕਰਕੇ ਫਿਰ ਚੱਲਾਂਗੇ ਯਾਰ ਦਾੜੀ ਕਟਾਉਣ ਵਾਲੀ ਹੋ ਗਈ ਸੀ ਮੈਂ ਪੈਟਰੋਲ ਪੰਪ 'ਤੇ ਕਟਾ ਲਈਏ ਚਲੋ ਵੈਸੇ ਬੰਦਾ ਰੱਖਿਆ ਮੇਰਾ ਸਾਰਾ ਕੁਝ ਚੈੱਕ ਚੁੱਕ ਕਰਨ ਨੂੰ ਅਤੇ ਸਾਰੀ ਚੀਜ਼ ਮਤਲਬ ਦਰੁਸਤ ਰੱਖਦਾ ਉਹ ਚਲੋ ਮਿਲਦੇ ਹਾਂ ਫਿਰ ਪਹਿਲਾਂ ਆਪਾਂ ਚੈੱਕ ਕਰ ਲਈਏ ਹਵਾ ਹੈ ਨਾ ਕਿੰਨੀ ਕੱਤੀ ਸੀਗੀ ਉਧਰਲੇ ਘੱਟ ਮਿਲਣੀ ਆ ਇਹਦੀ ਸਕਰੀਨ ਜੀ ਦਿਖਦੀ ਨਹੀਂ ਪਈ ਚੰਗੀ ਤਰ੍ਹਾਂ ਲੇਕਿਨ ਚਲੋ ਕੋਈ ਗੱਲ ਨਹੀਂ 32 ਆ ਉਧਰਲੇ ਟਾਇਰ 'ਚ ਭਰ ਇਹ ਤੁਹਾਨੂੰ ਧੁੰਦਲਾ ਧੁੰਦਲਾ ਨਹੀਂ ਦੇਣਾ ਮੈਨੂੰ ਪਤਾ ਸੀ ਆਹ ਟਾਇਰ 'ਚ ਇਹਦੀ ਹਵਾ ਘੱਟ ਜਾਂਦੀ ਆ ਪਤਾ ਨਹੀਂ ਯਾਰ ਆਲਵੇਜ਼ ਘੱਟਦੀ ਇਹਦਾ ਨਵਾਂ ਵੀ ਚੇਂਜ ਕਰਵਾਇਆ ਆਪਾਂ ਇਹ ਨਵਾਂ ਟਾਇਰ ਆ
ਚੱਲ ਮਿਲਦੇ ਆ ਫਿਰ ਗੱਡੀ ਚ ਆ ਜਾ। ਸਾਰੇ ਟਾਇਰ ਜਾਵਾ ਫੁੱਲ ਆ ਵਧੀਆ ਤਰੀਕੇ ਨਾਲ ਤੇ ਗੱਡੀ ਨਹੀਂ ਸਿਰਫ ਉਹ ਇੱਕ ਘੱਟ 15 ਇੱਕ ਜ ਘੱਟ ਬਸ ਟੂ ਟੂ ਤਾਂ ਕਰੀ ਜਾਂਦੀ ਫੇਰ ਤੂੰ ਭਰੀ ਜਾਂਦਾ ਇੱਕ ਰਹਿ ਗਿਆ ਲਾਸਟ ਪਾਇਆ ਦੋ ਟਾਇਰ ਮੇਰੇ ਜਿੰਮੇ ਆਏ ਸੀ ਦੋ ਟਾਇਰ ਇਹਦੇ ਜਿੰਮੇ ਆਏ ਆ हवा पा फुल कर ली है एक टायर चो घट सी 15 ज्यादा ही घट सी कुछ ऑलवेज उस लीक होंगी है यार पता नहीं सारा वो लीक आ या पेंचर आ पता नहीं समझ नहीं टायर नवा वा देखा चेक करा के जरूरी है तो हम आप सीधा मिलते हैं आफू तेरी कटिंग ली ओके आफू के पार्लर मिलते हैं जाके सीधा लो भी मित्रों आफू ना इतने ड्रॉप करता ओदी मम्मी नाल यह हैगा सलून तुम दिखा दें हेयर कटिंग लिए आया वा बच्चा कल उन्हें जाना इंडिया जरा सलून दिखाया थोनू ये चाह पे बच्चे ड्रॉप करता है ना बाद चोन लगना अद्धा पौना घंटा फिर फोन अंदरों आ गया रश है नहीं गा जानते तो आप उसका नंबर लग गया 15 to 20 minutes लगने कटिंग लिए बाद चो फिर ओके रिपोर्ट तो असं हम लभद पार्किंग पार्किंग असं लभ रहे छां वाली जी छाऊ छाऊ कर दी हो गी ठंडी ठंडी रहे नहीं तो धुप इतने कड़ दें धूं थोनू माहौल दिखाने एरिए बहर हैलो 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 असी पार्किंग लभ ली है मित्रों तो वेले बैठे हैं 15-20 minutes 25 minutes जो सू कॉल आऊ चले जावे बच्चू नू पिक कर ठीक है ना जो आफू के बाल हेयर कटिंग हो गए ठीक है तो उद तक असं इतने सोशल मीडिया यूट्यूब टिकटॉक इंस्टाग्राम देखते हैं हाँ इन्हें तो समझ आना सर दौर मैं ही जानता क्या लो भी मित्रों तो धुप तो बहर बहुत आज तक गड्डी च बैठे सी शामी ला के गड्डी नू ते कॉल आ गया उधरों बच्चू फ्री हो गया अपना ते कटिंग शटिंग हो गई है तो आप जाके उन्हें पिक कर ली हाँ ठीक है फिर मिलाने आप थोड़े नाल आपू कि मेरी हेयर कटिंग गुड ज्यादा तो नहीं करने सी शॉर्ट यू लाइक इट चलो मिलदे फिर ग्रोसरी नेक्स्ट स्टेशन बाबास गुड इवनिंग शाम के बज गया 5:16 असी जो पहला आप गलबात की उदो बजे असी 3:00 घरे पहुँच गए असी आपू हेयर कटिंग करके तो हूँ अलहमदुल्ला आप चले मार्केट के जेडे अपने काम पेंडिंग से पहला आप कितने जा रहे हैं हॉस्पिटल यदि कोई अपॉइंटमेंट आ डॉक्टर नूं मिलांगे क्योंकि जा रहे 1.5 महीने लिए यह तो दसना जरूरी होंगे डॉक्टर उन्होंने बह के थोड़ी डिस्कशन करनी है उतों मिल के डॉक्टर फिर असं सीधे जावे लुलू थोनू पता है लुलू हाइपर मार्केट इतने ना वा तो आप ऑलवेज उत शॉपिंग वॉपिंग ही करते होंगे दो चार आइटम लैनिया वा फिर उस तो जाना एक मार्केट और पता नहीं की ना है ना तो दूसरी मार्केट के यही सारे काम करने उ मतलब दोपहर धुप बहुत सी चलो घरे चलते हैं जवाक भी रौला पाने हम असं दोनों ही हैं जवाक नहीं है कि असं आपका काम खत्म करके फटाफट मिनटो मिनट ही नहीं तो यही काम अगर जवाक हो अधे घंटे का काम वो 2 घंटे तक कर देंगे पहले उन्हें चीज़ा पूरी करनी पैदा फिर आपका नंबर आता जाके
ਮੁਸਲਿਮ ਹੈ। ਚਲੋ ਜੀ ਅੱਜ ਦੀ ਅਪਡੇਟ ਇਹ ਸੀ, ਫਿਰ ਨਾਲ ਨਾਲ ਵੀ ਆਪਣੇ ਕੈਮਰਾ ਵੀ ਆਉਣ। ਫਿਰ ਵੀ ਲਾਇਆ ਤੂੰ ਜੀ, ਮੈਂ ਸੰਭਾਲ ਲੂੰ ਪਿੱਛੋਂ ਫਿਰ ਗੱਲ ਆਤਾ ਜੀ। ਆਪਾਂ ਆਏ ਹਾਂ ਹਲੇ ਯਾਰ, ਅੱਛਾ ਸੋਰੀ, ਮੈਂ ਆਲਵੇਜ਼ ਵਿਜ਼ਨ ਨੂੰ ਇੰਟਰਪਟ ਕਰ ਦਿੰਦਾ ਹੁੰਦਾ ਅਤੇ ਓਬਸਟਰਕਟ ਕਰ ਦਿੰਦਾ ਹੁੰਦਾ। ਐਸਟਰ ਕਲੀਨਿਕ ਪਹੁੰਚ ਗਏ, ਇਹਦੇ ਡਾਕਟਰ ਨੂੰ ਮਿਲਾਂਗੇ ਹੈ ਨਾ, ਅਤੇ ਇੱਥੇ ਲੱਗੂ ਆਪਾਂ ਨੂੰ 15-20 ਮਿੰਟ, ਮੈਕਸੀਮਮ 15-20 ਮਿੰਟ ਲੱਗਣੇ, ਜ਼ਿਆਦਾ ਨਹੀਂ। ਫਿਰ ਆਪਾਂ ਦੂਜੇ ਸਟੇਸ਼ਨ 'ਤੇ ਚੱਲਦੇ ਹਾਂ, ਤੁਹਾਨੂੰ ਬਾਹਰਲਾ ਮਾਹੌਲ ਦਿਖਾਉਂਦੇ ਆ ਜਾਓ। ਸਲੀਮ ਹੋ ਗਿਆ, ਕਿੰਨਾ ਟਾਈਮ, ਕਿੰਨਾ ਟਾਈਮ, 15 ਮਿੰਟ, 20 ਮਿੰਟ, ਅੱਧਾ ਘੰਟਾ, ਵੇਟਿੰਗ ਰੂਮ 'ਚ ਬੈਠੇ, ਮਤਲਬ ਵੇਟ ਕਰਨ ਵਾਲੇ 15-20 ਮਿੰਟ ਟਾਈਮ ਲੱਗੂਗਾ। ਆਪਣਾ ਨੰਬਰ ਆਏਗਾ, ਸਬਰ। ਕਿੰਨਾ ਚੱਲ ਰਿਹਾ ਹੁਣ? ਚਲੋ ਜਦੋਂ ਮਿਲਦੇ ਆ, ਪ੍ਰੋਸੈਸ ਤੋਂ ਬਾਅਦ ਮਿਲਦੇ ਆ ਫਿਰ ਤੁਹਾਨੂੰ ਸਾਰਿਆਂ ਨੂੰ, ਕਿਉਂ ਕੋਈ ਹੋਰ ਸੀਰੀਜ਼ ਚੱਲ ਰਹੀ ਹੈ ਇਹਦੀ ਨਹੀਂ ਚੱਲ ਰਹੀ। ਲਓ ਵੀ ਮਿੱਤਰੋ, ਆਪਣਾ ਮਿੱਤਰ ਆ ਗਿਆ ਹੋਸਪਿਟਲ ਤੋਂ ਜਾ ਕੇ। ਜਿੰਨੀ ਕੁ ਵੀਡੀਓ, ਮਤਲਬ ਇੱਕ ਅੱਧੀ ਸ਼ਾਰਟ ਕਲਿੱਪ ਆਪਾਂ ਲਾ ਦਈ ਆ, ਮਤਲਬ ਲਾ ਦਾਂਗੇ ਨਾਲ ਹੈ ਨਾ, ਕਿਉਂਕਿ ਹੋਸਪਿਟਲ ਦੇ ਵਿੱਚ ਵੀਡੀਓ ਬਣਾਉਂਦੇ ਚੰਗੇ ਲੱਗਦੇ ਨਹੀਂ ਜਾਂ ਵਲੋਗਿੰਗ ਕਰਦੇ ਚੰਗੇ ਲੱਗਦੇ ਨਹੀਂ, ਅਤੇ ਹੋਸਪਿਟਲ 'ਚੋਂ ਕੰਮ ਆਪਦਾ ਖਤਮ ਕਰਕੇ ਹੁਣ ਬਾਹਰ ਨਿਕਲੇ ਹਾਂ, ਅਤੇ ਸਾਨੂੰ ਹੋ ਗਿਆ ਅੱਧਾ ਘੰਟਾ ਆਇਆ ਨੂੰ। ਦੇਖੀ ਗੱਡੀ ਆ ਜਾਓ, ਹਾਂ ਚੱਲ ਰਹੀ ਹੈ, ਅਤੇ ਹੁਣ ਆਪਾਂ ਸਿੱਧਾ ਚੱਲਦੇ ਹਾਂ ਗਰੋਸਰੀ ਕਰਨ, ਸਹੀ ਹੈ। ਇੱਕ ਦੋ ਆਈਟਮ ਲੈਣੀ ਹੈ ਬਸ, ਲੈ ਕੇ ਜਲਦੀ ਨਿਕਲਾਂਗੇ ਉੱਥੋਂ, ਕਿਉਂਕਿ ਟਾਈਮ ਬਹੁਤ ਖਰਾਬ ਹੋ ਜਾਂਦਾ ਯਾਰ, ਫਿਰ 11-12 ਐਵੇਂ ਹੀ ਵੱਜ ਜਾਂਦਾ ਰਾਤ ਦੇ, ਸਹੀ ਹੈ ਨਾ। ਚਲੋ ਮਿਲਦੇ ਹਾਂ ਮਾਰਕੀਟ ਦੇ ਵਿੱਚ। ਮਾਰਕੀਟ ਆ ਗਏ ਹਾਂ, ਅਤੇ ਪਾਰਕਿੰਗ ਲਾਉਣੀ ਆ ਅਸੀਂ ਫਟਾਫਟ, ਅੰਦਰ ਜਾਣਾ, ਦੋ ਤਿੰਨ ਆਈਟਮਾਂ ਜਿਹੜੀਆਂ ਹੈਗੀਆਂ ਚੱਕ ਕੇ ਫਟਾਫਟ ਵਾਪਸ ਆ ਕੇ, ਕਿਉਂਕਿ ਕੰਮ ਸਾਨੂੰ ਅੱਜ ਬਹੁਤ ਆ ਔਰ ਲੰਬੇ ਰੂਟਾਂ ਵਾਲੇ ਕੰਮ ਹੈ। ਕਹਿੰਦੇ ਸ਼ਾਰਜਾ ਲੈ ਕੇ ਜਾਣਾ ਮੈਂ ਦੁਬਾਰਾ ਉੱਥੋਂ, ਕੋਈ ਸਟੇਟਨਰ ਹਾਇਰ ਡਰਾਇਰ, ਹੇਅਰ ਡਰਾਇਰ ਲੈਣਾ, ਕੁਛ ਇਸ ਤਰ੍ਹਾਂ ਦਾ ਲਟਰਮ ਪਟਰਮ, ਫਿਰ ਉੱਥੋਂ ਜਾ ਕੇ ਵਾਪਸ ਜਾਣਾ ਅਸੀਂ ਅਜਮਾਨ। ਅਜਮਾਨ ਤੁਹਾਨੂੰ ਪਤਾ ਈ ਸ਼ਕਤੀ ਵਾਟਰ, ਅਤੇ ਫਿਰ ਦੇਖਦੇ ਹਾਂ ਕਹਾਣੀ ਕੀ ਕਹਿੰਦੇ ਉਹਦੇ ਨਾਲ, ਉਹਦੇ ਉਹਦੇ ਜੀਪ ਉਹਦੇ ਨਾਲ, ਠੀਕ ਆ। ਆਹ ਕੰਮ ਪਹਿਲਾਂ ਆਪਾਂ ਇੱਥੋਂ ਨਿਬੇੜ ਲਈ ਚੱਲਦੀ ਬਾਬਾਸ। ਇਹ ਊਦ ਆਪਾਂ ਵਰਤਦੇ ਹਾਂ ਘਰੇ, ਇਹ ਊਦ ਆਪਾਂ ਯੂਜ਼ ਕਰਦੇ ਹਾਂ, ਅਤੇ ਇਹੀ ਹੁਣ ਆਪਾਂ ਇੰਡੀਆ ਭੇਜਾਂ ਘਰੇ ਲਾਉਣ ਨੂੰ, ਸਟੋਕ ਵਧੀਆ ਪਿਆ ਉਹ। ਤੁਸੀਂ ਵੀ ਕਦੇ ਵਰਤ ਕੇ ਦੇਖੋ, ਸਸਤੀ ਦੀ ਸਸਤੀ ਹੈ, 15 ਦਰਾਮ ਦੀ ਹੈ ਇਹ, ਅਤੇ 15 ਦਰਾਮ ਦੀ ਇੱਕ ਪੀਸ, ਇਹਦੇ ਵਿੱਚ ਟਿੱਕੀਆਂ ਹੁੰਦੀਆਂ ਨੇ, ਕਾਫੀ ਟਾਈਮ ਨਿਕਲ ਜਾਂਦਾ ਵਾ। ਇਹ ਘਰ ਭੇਜਣ ਲੱਗਿਆ ਮੁੱਲਾਪੁਰ, ਮੇਰੀ ਪਸੰਦ ਦੀ ਹੈ। ਪਤਾ ਨਹੀਂ ਬਾਂਦਰ ਜਾਂ ਕਿੱਥੇ ਨਿਕਲ ਗਿਆ ਮੈਨੂੰ ਇੱਥੇ ਛੱਡ ਕੇ, ਗੁੰਮ ਗਿਆ ਸਾਲਾ। ਮੇਰੇ ਮਾਂ ਪਿਓ ਦੀ ਗੰਦੀ ਲਾ ਦਾ, ਉਹਨੂੰ ਪਤਾ ਵੀ ਇੱਥੇ ਟੈਕ ਕੇ ਖੜ੍ਹ ਜਾਂ, ਫੋਨ ਵੀ ਮੇਰੇ ਕੋਲ ਉਹਦਾ, ਫੋਨ ਕਰਕੇ ਪੁੱਛ ਵੀ ਨਹੀਂ ਸਕਦਾ ਮੈਂ।
ਲੋ ਵੀ ਮਿੱਤਰੋ ਤੁਹਾਨੂੰ ਖੁਸ਼ਖਬਰੀ ਇਹ ਹੋਊਗੀ ਸੋਚ ਕੇ ਅਸੀਂ ਸ਼ਾਪਿੰਗ ਕਰ ਲਈ ਆ ਤੁਸੀਂ ਵੀ ਸੋਚਦੇ ਹੋਗੇ ਪਰਸੋਂ ਦੇ ਘੁੰਮਦੇ ਲੱਗੇ ਹੋਏ ਘੁੰਮਣ ਲੱਗੇ ਹੋਏ ਨੇ ਇਹ ਤੇ ਜਾ ਕੇ ਇਹਨਾਂ ਦੀ ਸ਼ਾਪਿੰਗ ਖਤਮ ਨਹੀਂ ਹੋਈ ਹਲਕਾ ਸਮਾਨ ਲਿਆ ਰੁਪਈਏ ਜ਼ਿਆਦਾ ਲੱਗ ਜਾਂਦੇ ਨੇ ਐਜ ਯੂਜਲ ਜੋ ਆਪਾਂ ਹਰ ਵਾਰੀ ਗਰੋਸਰੀ ਕਰਨ ਤੋਂ ਬਾਅਦ ਬੋਲਦੇ ਹਾਂ ਡਾਇਲੋਗ ਮਹਿੰਗਾਈ ਜ਼ਿਆਦਾ ਹੋ ਚੁੱਕੀ ਆ ਠੀਕ ਆ ਇੱਕ ਚੀਜ਼ ਬੈਸਟ ਜਿਹੜੀ ਮੈਂ ਭੇਜਣ ਲੱਗਿਆ ਘਰੇ ਉਹ ਹੈਗੀ ਆ ਊਦ ਤੇ ਉਹ ਤੁਹਾਨੂੰ ਕਲਿੱਪ ਪਿੱਛੇ ਦੇਖ ਜਾਣੀ ਆ ਉਹ ਊਦ ਤੁਸੀਂ ਵੀ ਅਗਰ ਦੁਬਈ ਦੇ ਵਿੱਚ ਕੋਈ ਨੋਨ ਪਰਸਨ ਹੈਗਾ ਉਹ ਤੋਂ ਮੰਗਵਾਓ ਇੰਡੀਆ 'ਚ ਕੋਲਾ ਮੰਗਵਾਓ ਉਹ ਊਦ ਨੂੰ ਕੋਲੇ ਨੂੰ ਪਹਿਲਾਂ ਅੱਗ ਲਾਓ ਠੀਕ ਆ ਅਤੇ ਫਿਰ ਉਹਦੇ ਉੱਤੇ ਊਦ ਰੱਖੋ ਊਦ ਰੱਖ ਕੇ ਆਪਣੇ ਇੱਕ ਰੂਮ 'ਚ ਰੱਖ ਦਿਉ ਜਾਂ ਡਾਇਨਿੰਗ ਰੂਮ ਡਰਾਇੰਗ ਰੂਮ 'ਚ ਰੱਖ ਦਿਉ ਉਹ ਫਿਰ ਭੁੱਲ ਜਾਓ ਤੁਸੀਂ ਆਹ ਹਾਂ ਹਾਂ ਕਿਆ ਬਾਤ ਹੈ ਸਾਰੇ ਘਰ 'ਚੋਂ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹ ਇੱਕ ਵਧੀਆ ਚੀਜ਼ ਲਈ ਆ ਬਾਕੀ ਲਟਰਮ ਪਟਰਮ ਕਾਜੂ ਪਿਸਤਾ ਬਦਾਮ ਇਹਨੇ ਹੁਣ ਆਹ ਲਿਆ ਆਪਦੇ ਖਾਣ ਨੂੰ ਮੈਕਸ ਹੈਂ ਅਤੇ ਜੂਸ ਆ ਝਟਕਾ ਗਿਆ ਹੁਣ ਅਸੀਂ ਚੱਲੇ ਅਜਮਾਨ ਨੂੰ ਅਜਮਾਨ ਜਾ ਕੇ ਉੱਥੋਂ ਆਪਦਾ ਕੰਮ ਨਿਬੇੜਾਂਗੇ ਕੰਮ ਨਿਬੇੜ ਕੇ ਸਿੱਧਾ ਵਾਪਸੀ ਟੂ ਉੱਥੋਂ ਕੀ ਰਹਿਣਾ ਸੀ ਮੈਂ ਕਹਿੰਦਾ ਗੋਲੀ ਮਾਰਦੇ ਉੱਥੇ ਵੀ ਰਹਿਣ ਦਿੰਦੇ ਹੈ ਨਾ ਅਤੇ ਟਰਾਈ ਸਾਡੀ ਇਹੀ ਹੈ ਕਿ ਅਸੀਂ ਅਵੋਇਡ ਹੀ ਕਰੀਏ ਫਿਰ ਅਸੀਂ ਸਿੱਧਾ ਕਰੇ ਚਲੋ ਜੀ ਮਿਲਦੇ ਹਾਂ ਬਾਬਾ ਸਾਡਾ ਤਾਂ ਅਜਮਾਨ ਜਾਣ ਨੂੰ ਸਾਨੂੰ ਟ੍ਰੈਫਿਕ ਟੱਕਰਨ ਘੰਟਾ ਲੱਗ ਜਾਣਾ ਫਿਰ ਵਾਪਸ ਆਉਣਾ ਵਾ ਅਸੀਂ ਟ੍ਰੈਫਿਕ ਦੀ ਥੋੜ੍ਹੀ ਤੁਹਾਨੂੰ ਝਲਕ ਦਿਖਾ ਦਿੰਦਾ ਮੈਂ ਇੱਦਾਂ ਲੱਗਦਾ ਫਿਰ ਟ੍ਰੈਫਿਕ ਜੂੜ ਜਦੋਂ ਲੱਗਦੇ ਆ ਫਿਰ ਨੈੱਕ ਟੂ ਨੈੱਕ ਗੱਲ ਹੁੰਦੀ ਆ ਬੰਪਰ ਟੂ ਬੰਪਰ ਜਾਂਦੇ ਆ ਕੰਮ ਫਿਰ ਚਲੋ ਮਿਲਦੇ ਹਾਂ ਕੋਈ ਗੱਲ ਨਹੀਂ ਅਜਮਾਨ ਜਾ ਕੇ ਯਾਰ ਗੱਲ ਇੱਦਾਂ ਟ੍ਰੈਫਿਕ ਨੂੰ ਚੀਰਦੇ ਫਾੜਦੇ ਹੁਣ ਪਹੁੰਚੇ ਅਸੀਂ ਅਜਮਾਨ ਜਿੱਥੇ ਅੱਡੇ 'ਤੇ ਅਸੀਂ ਅੱਡੇ 'ਤੇ ਪਹੁੰਚਣਾ ਵਾ ਠੀਕ ਆ ਅਤੇ ਸੌਰੀ ਫੋਰ ਲਾਈਟ ਇੱਦਾਂ ਉੱਦਾਂ ਜਿੰਨੀ ਚੱਲੀ ਉੱਨੀ ਚਲਾ ਲੈਂਦੇ ਹਾਂ ਅਤੇ ਹੁਣ ਪਹੁੰਚੇ ਹਾਂ ਹੁਣ ਆਪਾਂ ਜਾਂਦੇ ਹਾਂ ਆਪਦਾ ਸੌਦਾ ਪਾਣੀ ਲੈਂਦੇ ਹਾਂ ਫਿਰ ਵਾਪਸ ਆਵਾਂਗੇ ਹੈ ਨਾ ਅਤੇ ਟ੍ਰੈਫਿਕ ਬਹੁਤ ਸੀ ਯਾਰ ਟ੍ਰੈਫਿਕ ਸਿੱਧੇ ਮੰਦਰ ਜਾ ਗੱਡੀ 'ਤੇ ਬਾਹਰ ਲਾ ਮੋਹ ਦਿਖਾ ਦਿੰਦੇ ਬੇਚਦਾ ਸਿੰਘ ਦਾਣਾ ਗਿਰੀ ਚਨਾ ਮਸਾਲਾ ਲਓ ਵੀ ਵੀਰਿਓ ਆਪਾਂ ਆ ਗਏ ਯੂਨੀਸੈਟ ਦੇ ਤੇ ਅੰਦਰ ਕੈਮਰਾ ਅਲਾਊਡ ਨਹੀਂ ਹੈਗਾ ਤੇ ਖਰੀਦ ਕੇ ਸਾਰਾ ਕੁਛ ਸਮਾਨ ਆ ਫਿਰ ਬਾਹਰ ਮਿਲਦੇ ਆ ਬਬਾਸ ਚਲੀਏ ਚੱਲ ਕਰ ਰਿਵਰਸ ਚਲੋ ਵੀ ਮਿੱਤਰੋ ਸਮਾਨ ਆਪਾਂ ਲੈ ਲਿਆ ਠੀਕ ਹੈ ਜੋ ਆਪਾਂ ਨੀਡ ਸੀਗਾ ਇੱਧਰ ਨੂੰ ਜਾ ਰਹੇ ਬਾਈ ਇੱਧਰ ਪਤਾ ਨਹੀਂ ਯਾਰ ਦੋਨੋਂ ਪਾਸੇ ਰਾਹ ਇਹਨਾਂ ਨੇ ਦੇਖਿਆ ਇੱਧਰ ਬੰਦ ਹੈ ਨਹੀਂ ਜਾ ਤਾਂ ਹੈ ਨਾ ਰਸਤਾ ਪਰ ਇਹਦਾ ਟ੍ਰੈਫਿਕ ਜਾ ਰਹਾ ਸੀ ਖਾਲਾ ਇੱਧਰ ਆਪਾਂ ਨੂੰ ਘੱਟ ਮਿਲੇ ਇੱਥੋਂ ਫੇਰ ਮੋੜ ਕੇ ਇੱਧਰ ਹੀ ਆਉਣਾ ਨਾ ਚੱਲ ਫਿਰ ਚੱਲ 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 ਉਹਦਾ ਉੱਤੋਂ ਦੀ ਲੈ ਲਾ ਇੱਧਰ ਕਰਦੇ ਬਸ ਇਹ ਤਾਂ ਇੱਧਰ ਜਾਣ ਵਾਲੇ ਆਉਣਾ ਵਾ ਠੀਕ ਆ ਓਕੇ ਲਾ ਲਾ ਸ਼ੀਸ਼ਾ ਤੂੰ ਅਤੇ ਗੱਲ ਹੈਗੀ ਇੱਦਾਂ ਮਿੱਤਰੋ ਟ੍ਰੈਫਿਕ ਨੂੰ ਚੀਰਦੇ ਫਾੜਦੇ ਹੋਏ ਅਸੀਂ ਆ ਗਏ ਹਾਂ ਬਾਹਰ ਆਪਾਂ ਆਪਣਾ ਮਟੀਰੀਅਲ ਸਮਾਨ ਸੌਦਾ ਸਾਰਾ ਕੁਛ ਲੈ ਲਿਆ ਹੈ ਨਾ ਅਤੇ ਹੁਣ ਆਪਾਂ ਚੱਲੇ ਹਾਂ ਦੁਬਈ ਅਜਮਾਨ ਤੋਂ ਫਿਰ ਉੱਥੇ ਜਾਣਾ ਇੱਕ ਛੋਟੀ ਜਿਹੀ ਮਾਰਕੀਟ 'ਚ ਦੇਖਦੇ ਹਾਂ ਉੱਥੇ ਇੱਕ ਬੱਚੇ ਲਈ ਸਮਾਨ ਜਿਹਾ ਲੈਣਾ ਅਤੇ ਰਾਤ ਦੇ ਵੱਜ ਗਏ 8 ਠੀਕ ਆ ਬੈਲਟ ਹਲੇ ਮੈਂ ਲਾਉਣੀ ਆ ਉਹਦੇ ਲਈ ਮਾਫ਼ੀ ਮੈਨੂੰ ਮਾਫ਼ ਕਰ ਦਿਓ ਯਾਰ ਮੈਨੂੰ ਪਲੀਜ਼ ਅਤੇ ਬੈਲਟ ਆਪਾਂ ਲਾ ਲੈਂਦੇ ਹਾਂ ਇੱਦਾਂ ਦਾ ਮਤਲਬ ਅੱਜ ਪੂਰਾ ਦਿਨ ਆਈ ਵਿੱਚ ਥੋੜ੍ਹਾ 2 ਘੰਟੇ ਰੈਸਟ ਕਰਕੇ ਸੌਂ ਕੇ ਆਈ ਨਿਕਲਦਾ ਦਿਨ ਆਈ ਪਤਾ ਨਹੀਂ ਲੱਗਦਾ ਹੈਗਾ ਅਗਰ ਤੁਹਾਡੇ ਕੋਲ ਟਾਈਮ ਹੈਗਾ ਨਾ ਫਿਰ ਹੀ ਤੁਸੀਂ ਕੁਛ ਕਰ ਸਕਦੇ ਹੋ ਅਦਰਵਾਈਜ਼ ਬਿਜ਼ੀ ਸ਼ਡਿਊਲ ਦੇ ਵਿੱਚੋਂ ਯੂ ਕੈਨ ਡੂ ਐਨੀਥਿੰਗ ਮੈਮ ਯੂ ਕੈਨ ਡੂ ਐਨੀਥਿੰਗ ਚਲੋ ਰੋਡ ਦੇ ਉੱਤੇ ਆ ਗਏ ਹਾਂ ਟਰੈਕ 'ਤੇ ਪੈ ਗਏ ਹਾਂ ਚੱਲਦੇ ਹਾਂ ਮਿੱਤਰੋ ਸਿੱਧੀ ਫਿਰ ਗੱਡੀ ਲੈ ਕੇ ਦੁਬਈ ਨੂੰ ਆਪਣੇ ਘਰ ਨੂੰ
ਮਿਲਦੇ ਆ ਬਾਬਾਸ। ਅਜਮਾਨ ਇਹੋ ਜਿਹਾ ਮਤਲਬ ਪਿੰਡ ਹੈਗਾ ਅਜਮਾਨ, ਲੇਕਿਨ ਇਹਨੂੰ ਆਪਾਂ ਪਿੰਡ ਵੀ ਕਹਿ ਦਿੰਦੇ ਹਾਂ, ਜਮਾਂ ਹੀ ਪਿੰਡ ਵਾਲਾ ਮਾਹੌਲ। ਤੁਹਾਨੂੰ ਮੈਂ ਬਾਹਰ ਦਿਖਾਉਣਾ ਬਹੁਤ ਨੂੰ ਯਾਦ ਆਊ, ਦੇਖਿਓ ਇੰਡੀਆ ਵਾਲਾ माहौल डेवलपमेंट है नहीं एज कंपेयर टू दुबई शारजा इदा उदा है ना, लेकिन घेंट माहौल बन जाता। चलो मिलते हैं फिर, हले असं इतें फिर जमान च ही उतो निकलने समान लैके, हजे इतें फिर सानू पौना घंटा हो गया, तो हजे देखते हैं मेन रोड से कदों चढ़ने। जल्दबाजी असी मतलब कि हाँ जी हॉर्न मार्केट च रुके सी, असी उस वीडियो नहीं बनाई, मतलब आप ब्लॉग नहीं बनाया, कवर नहीं किया, टाइम नहीं जल्दी, दो आइटम रहने भज के ग्रैब करके आए, भज के आके आ पे समान है ना, तो फटाफट बिना टाइम वेस्ट किए हम असं घर चले हैं, घर रह गया सिर्फ हो रही बिल्डिंग अपनी हम आप पहुँचते घर। ये ही असं करते हैं ब्लॉग का एंड, सवेर तो लैके शाम तक की जो एक्टिविटी सी थोनू होपफुली अगर वधिया लग्या तो प्लीज़ सबसक्राइब कर दो चैनल, जिहड़े नवे बंदे जुड़ रहे हैं तो थैंक यू सो मच, बड़ा प्यार जी साडे वल्लों थोनू। बाबा कल मिलना कोई एक नवे ब्लॉग।